ਨਵਜੋਤ ਸਿੰਘ ਮਾਹਲ SSP ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੀਲੀ ਵਸਤੂਆਂ ਅਤੇ ਸ਼ਰਾਬ ਦੀ ਤਸਕਰੀ ਕਰਦੇ ਸਮਗਲਰਾਂ ਦੀ ਚੈਕਿੰਗ ਕਰਨ ਸੰਬੰਧੀ ਚਲਾਈ ਗਈ ਮੁਹਿੰਮ ਦੇ ਅਧੀਨ ਅਤੇ ਤੁਸ਼ਾਰ ਗੁਪਤਾ ਸਹਾਇਕ ਪੁਲਿਸ ਕਪਤਾਨ ਗੜਸ਼ੰਕਰ ਦੀ ਸੁਪਰਵੀਜ਼ਨ ਅਧੀਨ ਇਕਬਾਲ ਸਿੰਘ SHO ਥਾਣਾ ਗੜਸ਼ੰਕਰ ਦੀ ਹਿਦਾਇਤਾਂ ਦੇ SI ਸਤਵਿੰਦਰ ਸਿੰਘ ਚੌਂਕੀ ਇੰਚਾਰਜ ਬੀਣੇਵਾਲ ਸਮੇਤ ਪੁਲਿਸ ਪਾਰਟੀ ਸਪੈਸ਼ਲ ਨਾਕਾਬੰਦੀ ਪਿੰਡ ਕੋਕੋਵਾਲ ਮੌਜੂਦ ਸੀ ਤਾਂ ਉਹਨਾਂ ਨੇ 200 ਗ੍ਰਾਮ ਹੀਰੋਇਨ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ। ਕੱਲ੍ਹ ਮਿਤੀ 31/1/2021 ਨੂੰ ਸਾਡੇ ਚੌਕੀ ਇੰਚਾਰਜ ਸਤਵਿੰਦਰ ਸਿੰਘ, ਸਬ ਇੰਸਪੈਕਟਰ ਚੌਕੀ ਬੀਣੇਵਾਲ ਨੇ ਪਿੰਡ ਕੋਕੋਵਾਲ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਦੋ ਜਿਹੜੇ ਲੜਕੇ ਮੋਟਰਸਾਈਕਲ ਨੰਬਰ PV09AD4966 ਇਹ 'ਤੇ ਸਵਾਰ ਹੋ ਕੇ ਆਏ ਅਤੇ ਮੂਹਰੇ ਨਾਕਾ ਦੇ ਕੇ ਇੱਕਦਮ ਪਿੱਛੇ ਨੂੰ ਮੁੜ ਲਵੇ ਅਤੇ ਜਿਨ੍ਹਾਂ ਨੂੰ SI ਸਤਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਦੀ ਜਿਹੜੀਆਂ ਜੈਕਟਾਂ ਪਾਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਜਿਹੜਾ ਬੰਦਾ ਮੇਲਾ ਸਿੰਘ ਹੈ, ਮੇਲਾ ਸਿੰਘ ਪੁੱਤਰ ਮੰਗਲ ਸਿੰਘ, ਪਿੰਡ ਹੈਗਾ ਇਹਦਾ ਖੱਬੇ ਰਾਜਪੂਤਾਂ ਥਾਣਾ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ, ਇਹਦੀ ਤਲਾਸ਼ੀ ਕਰਨ ਤੋਂ ਇਹਦੀ ਜੈਕਟ ਦੀ ਜੇਬ ਵਿੱਚੋਂ 175 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ। ਇਸ ਤਰ੍ਹਾਂ ਦੂਜੇ ਦੀ ਤਲਾਸ਼ੀ ਲਈ ਦੂਜੇ ਦਾ ਨਾਮ ਹੈਗਾ ਜੀ ਗਗਨਦੀਪ ਸਿੰਘ ਪੁੱਤਰ ਝਲਮਣ ਸਿੰਘ, ਪਿੰਡ ਹੈਗਾ ਕੁਹਾੜ ਪਿੰਡ ਹਿੰਦੂਆਂ ਜ਼ਿਲ੍ਹਾ ਅੰਮ੍ਰਿਤਸਰ। ਇਹਦੀ ਤਲਾਸ਼ੀ ਦੌਰਾਨ 25 ਗ੍ਰਾਮ ਹੈਰੋਇਨ ਜਿਹੜੀ ਇਹਦੇ ਜੈਕਟ ਦੀ ਜੇਬ ਵਿੱਚੋਂ ਜਿਹੜੀ ਬਰਾਮਦ ਹੋਈ ਅਤੇ ਟੋਟਲ ਜਿਹੜੀ 200 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ, ਜਿਸ 'ਤੇ ਅਸੀਂ ਮੁਕੱਦਮਾ ਨੰਬਰ 7/31/2021 ਅੰਡਰ ਸੈਕਸ਼ਨ 21/85 NDPS ਐਕਟ ਜਿਹੜਾ ਦਰਜ ਕੀਤਾ ਅਤੇ ਇਹਨਾਂ ਨੂੰ ਅੱਜ ਅਸੀਂ ਪੇਸ਼ ਕੀਤਾ। ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਅਤੇ ਆਪਾਂ ਹੁਣ ਇਹਨਾਂ ਕੋਲ ਪੁੱਛਗਿੱਛ ਕਰਾਂਗੇ ਵੀ ਕਿੱਥੋਂ ਲੈ ਕੇ ਆਏ ਅਤੇ ਕਿਹਨੂੰ ਗਾਂ ਵੇਚਣੀ ਸੀ। ਕੀ ਤੁਹਾਡੇ ਆਇਲਸ ਵਿੱਚ ਬੈਂਡਸ ਨਹੀਂ ਆ ਰਹੇ ਜਾਂ ਤੁਹਾਡੇ ਆਇਲਸ ਵਿੱਚੋਂ ਇੱਕ ਜਾਂ ਦੋ ਮੋਡਿਊਲਸ ਵਿੱਚ ਸਾਡੇ 5 ਬੈਂਡ ਹਨ ਤੇ ਅੱਜ ਹੀ ਵਿਜ਼ਿਟ ਕਰੋ ਲਿਬਰਾ ਓਵਰਸੀਜ਼ ਜਾਂ ਵਿਜ਼ਿਟ ਕਰੋ 2nd ਫਲੋਰ ਅਰੋੜਾ ਮੈਡੀਕਲ ਹਾਲ, ਪ੍ਰਭਾਤ ਚੌਂਕ, ਹੁਸ਼ਿਆਰਪੁਰ।